ಸ್ಪರ್ಧರು ಕಾಶಿ ವಿದ್ಯಾಸಂಗಿ ಕೋಟಿ ಜನರ ದಾಸೋಹಿ ನಾವು ਬਿਰਧ ਕੀ ਪੈ
ਵਚਨ ਕੋ ਮਾਫ ਕਰਨੀ ਸਰਬੰਧ ਦੇ ਕਾਰਜ ਰਾਸ ਕਰਨੇ ਆਪ ਜੀ ਨੇ ਮਹਾਨ ਬਖਸ਼ਿਸ਼ ਕਰਨਾ ਨੂੰ ਸੰਗਤ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀ ਬਖਸ਼ਣੀ ਅੰਗ ਸੰਗ ਸਹਾਈ ਹੋਣਾ ਉਹਨਾਂ ਦੇ ਪੀਏ ਸਰਦਾਰ ਬਲਕਰਨ ਸਿੰਘ ਨੰਗਲ
सरदार मोहन सिंह मत्ता साबका प्रधान नगर कौंसल गुरदपुर सरदार करतार सिंह सिखावाला श्री मती वरिंदरजीत कौर भुलूवाला मैंबर एचईपीसी फरीदकोट जसविंदर सिंह सिखावाला मैंबर जिला परिषद ते मुख पलारा कांग्रेस श्री सुरेंद्र कुमार गुप्ता जी सरदार गुरचेत सिंह ढिल्लों मरगाड़ी तो सरदार हरदेव सिंह बराड़ चेयरमैन भगता भाईका डॉक्टर दयोल भगता भाईका जी ये सारे परिवार के नाल हमदर्दी जाहिर करने लिए इत्थे पहुंचे सी। गुरप्रीत सिंह जी मार्गट जिन्हां दी अज आपां अंतम अदाल शामिल होने लई इकट्ठे होए हैं वो आपां सारिआं नूं सदा सदा लई विछोड़ा दे के चले गए। मावी परिवार दे नाल तकरीबन 35-40 साल का मेरा और साडे सुचे समुचे परिवार का बहुत नेड़े दा निकदा प्यार है। गुरु ग्रंथ साहब जी महाराज के पवित्र कोर विच बहुत ही शोकमय समागम के मौके जुड़ बैठी समुची साध संगत वाहिगुरू जी का खालसा श्री वाहिगुरू जी की फतेह। अज आप सारे बीबी निर्मल कौर जी जो परमात्मा के हुक्म के नाल इस संसार दे विच आए अते काल पुरख का हुक्म आ जान करके साडे सारे कोल सदा ले चले गए ने उन्हां दी अंतम अरदास दे विच शामिल होण दे लई परिवार नाल दुख सांझा करन दे लई ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਲਈ ਇਸ ਪਰਿਵਾਰ ਨਾਲ ਨੇੜਤਾ ਰੱਖਣ ਵਾਲੇ ਸਾਰੇ ਲੋਕ ਆਪਾਂ ਜਿੱਥੇ ਇਕੱਤਰ ਹੋਏ ਹਾਂ। ਮੈਥੋਂ ਪਹਿਲਾਂ ਢਿੱਲੋਂ ਸਾਹਿਬ ਨੇ ਬਹੁਤ ਹੀ ਡਿਟੇਲ ਦੇ ਨਾਲ ਇਸ ਪਰਿਵਾਰ ਦੇ ਜਿਹੜੇ ਚੰਗੇ ਕੰਮ ਨੇ ਗੁਣ ਨੇ ਮਿਲਣ ਸਾਰੀ ਹੈ ਉਹਦੇ ਬਾਰੇ ਦੱਸਿਆ। ਇਨਸਾਨ ਪਰਮਾਤਮਾ ਦੇ ਹੁਕਮ ਦੇ ਨਾਲ ਇਸ ਸੰਸਾਰ ਦੇ ਵਿੱਚ ਆਉਂਦਾ ਹੈ ਅਤੇ ਉਹਨਾਂ ਦਾ ਸੱਦਾ ਅਜਾਣ ਕਰਕੇ ਇੱਥੋਂ ਚਲਿਆ ਜਾਂਦਾ ਹੈ। ਉਹਦੇ ਜਾਣ ਤੋਂ ਬਾਅਦ ਜਿਹੜੇ ਸਾਡੇ ਉਸ ਇਲਾਕੇ ਦੇ ਲੋਕ ਹੁੰਦੇ ਨੇ ਆਲੇ ਦੁਆਲੇ ਦਾ ਭਾਈਚਾਰਾ ਹੁੰਦਾ ਹੈ ਸਮਾਜ ਦੇ ਲੋਕ ਹੁੰਦੇ ਨੇ ਉਹ ਫਿਰ ਉਸ ਇਨਸਾਨ ਦੀ ਜ਼ਿੰਦਗੀ ਦਾ ਲੇਖਾ ਜੋਖਾ ਕਰਦੇ ਨੇ ਕਿ ਇਨਸਾਨ ਸਾਡੇ ਵਿੱਚ ਇੰਨਾ ਚਿਰ ਰਿਹਾ ਇਹਨੇ ਚੰਗੇ ਕੰਮ ਕਿੰਨੇ ਕੀਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਕਿੰਨਾ ਸ਼ਾਮਿਲ ਹੋਇਆ ਸਮਾਜ ਸੇਵਾ ਦੇ ਕਿੰਨੇ ਕੰਮ ਕੀਤੇ ਧਰਮ ਕਰਮ ਦੇ ਕੰਮ ਕਿੰਨੇ ਕੀਤੇ ਲੋਕਾਂ ਦਾ ਕਿੰਨਾ ਦੁੱਖ ਵੰਡਾਇਆ ਭਾਈਚਾਰੇ ਦਾ ਉਹ ਸਾਰੀਆਂ ਗੱਲਾਂ ਦਾ ਲੋਕੀ ਲੇਖਾ ਜੋਖਾ ਕਰਦੇ ਨੇ। ਬੜੇ ਸਤਿਕਾਰਯੋਗ ਢਿੱਲੋਂ ਸਾਹਿਬ ਤੇ ਬੜੇ ਸਤਿਕਾਰਯੋਗ ਲੋਕਾ ਸਾਹਿਬ ਨੇ ਇਸ ਪਰਿਵਾਰ ਬਾਰੇ ਜਾਣੂ ਕਰਾਤਾ। ਮੇਰੇ ਮਨ 'ਚ ਤਾਂ ਸਿਰਫ ਇੱਕੋ ਹੀ ਚੀਜ਼ ਆਈ ਹੈ ਇਸੇ ਚੀਜ਼ ਦੇ ਵਿੱਚ ਸਾਰੀ ਕਾਇਨਾਤ ਸਿਮਟੀ ਹੋਈ ਹੈ ਜੋ ਆਪਾਂ ਅਕਸਰ ਸੁਣਦੇ ਹੁੰਦੇ ਹਾਂ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ ਬਸ ਇਸੇ ਸ਼ਬਦ ਦੇ ਵਿੱਚ ਅੱਜ ਇੱਕ ਮਾਂ ਦਾ ਚਲੇ ਜਾਣਾ ਇੱਕ ਪਰਿਵਾਰ ਨੂੰ ਛੱਡ ਕੇ ਮਾਂਗੜ ਪਰਿਵਾਰ ਨੂੰ ਛੱਡ ਕੇ ਆਂਟੀ ਜੀ ਸਾਡੇ ਚਲੇ ਗਏ ਹੈ ਬਹੁਤ ਵੱਡਾ ਦੁੱਖ ਇਸ ਪਰਿਵਾਰ ਦੇ ਉੱਤੇ ਪਿਆ। ਸੱਚੇ ਪਾਤਸ਼ਾਹ ਮੁਰੇ ਆਹੀ ਅਰਦਾਸ ਕਰੂੰਗਾ ਵੀ ਜਿੱਥੇ ਵੀ ਆਂਟੀ ਜੀ ਆਪਦੇ ਹੋਣ ਗੁਰੂ ਮਹਾਰਾਜ ਉਹਨਾਂ ਨੂੰ ਆਪਦੇ ਚਰਨਾਂ ਦੇ ਵਿੱਚ ਯੋਗ ਸਥਾਨ ਬਖਸ਼ੇ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਇੰਨਾ ਕਹਿੰਦਾ ਮੈਂ ਆਪਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਇਸ ਪਰਿਵਾਰ ਦੇ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਸਾਂਝਾ ਕਰਦਾ ਹੈ ਅਤੇ ਉਮੀਦ ਕਰਦੇ ਹਾਂ ਗੁਰੂ ਮਹਾਰਾਜ ਇਹਨਾਂ 'ਤੇ ਆਉਣ ਵਾਲਾ ਸਮਾਂ ਭਾਗਾਂ ਵਾਲਾ ਹੋਵੇ ਚੜ੍ਹਦੀ ਕਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਅੱਜ ਆਪਾਂ ਸਾਰੇ ਮਾਂਗੜ ਪਰਿਵਾਰ ਨਾਲ ਭੈਣ ਨਿਰਮਲ ਕੌਰ ਵੱਲੋਂ ਦੇ ਪ੍ਰਭੂ ਚਰਨ ਜਾਪ ਰਾਜਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਿਕੰਦਰ ਸਿੰਘ ਮਲੂਕਾ ਜੀ ਨੇ ਬੜੇ ਅੱਛੇ ਸ਼ਬਦਾਂ ਵਿੱਚ ਪਰਿਵਾਰ ਬਾਰੇ ਤੇ ਭੈਣ ਜੀ ਬਾਰੇ ਜ਼ਿਕਰ ਕੀਤਾ। ਰਾਗੀ ਸਿੰਘ
कीर्तन कर रहे सन तो एक लाइन ने बड़ा टूंबिया और लाइन की सी आदमी भरे कुछ काम ना पशु मरे दस कार्य सुवा एक सानू लामा भी है तो नसीहत भी है सानू मुखातब भी है तो जो भी प्राणी आंदा है उसे कोई एक विलक्षण गल जड़ी है कि उसनू बहुत दिता परमात्मा और एक योनी है उसके विच कर्मा का लेखा जोखा निश्चित है इस योनी के माध्यम तो उन्होंने पाया जा सकता है अच्छे कर्मा नहीं चिंतन नहीं जितों तक